ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਦੇ ਵਿੱਚ ਜਿੱਥੇ ਹਾਊਸਿੰਗ ਸੰਕਟ ਅਤੇ ਮਹਿੰਗਾਈ ਵੱਧ ਰਹੀ ਹੈ, ਉੱਥੇ ਹੀ ਲੋਕਾਂ ਦੇ ਵਿੱਚ ਪ੍ਰਵਾਸੀਆਂ ਦੇ ਲਈ ਵੱਖ ਵੱਖ ਰਾਏ ਵੀ ਸਾਹਮਣੇ ਆ ਰਹੀਆਂ ਨੇ, ਕਿਉਂਕਿ ਜ਼ਿਆਦਾਤਰ ਕੈਨੇਡਾ ਦੇ ਵਿੱਚ ਘਰਾਂ ਦੀ ਘਾਟ ਪਿੱਛੇ ਕੌਮਾਂਤਰੀ ਵਿਦਿਆਰਥੀਆਂ ਦਾ ਹੱਥ ਦੱਸਿਆ ਜਾਂਦਾ ਹੈ, ਜਿਸ ਦੇ ਚੱਲਦਿਆਂ ਇੱਕ ਨਵੇਂ ਸਰਵੇਖਣ ਦੇ ਨਤੀਜੇ ਵੱਖ ਵੱਖ ਵਿਚਾਰ ਪੇਸ਼ ਕਰਦੇ ਨੇ। ਟੋਰਾਂਟੋ, ਵੈਨਕੂਵਰ, ਐਡਮਿੰਟਨ ਅਤੇ ਕੈਲਗਰੀ ਦੇ ਵੱਡੇ ਸ਼ਹਿਰਾਂ ਦੇ ਵਿੱਚੋਂ 45% ਲੋਕਾਂ ਨੇ ਕਿਹਾ ਕਿ ਕੈਨੇਡਾ ਨੂੰ ਨਵੇਂ ਪ੍ਰਵਾਸੀਆਂ ਦੇ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕਰਨੇ ਚਾਹੀਦੇ, ਪਰ ਇਹ ਗਿਣਤੀ ਵਧਾਉਣ ਦੀ ਬਜਾਏ ਘਟਾਈ ਜਾ ਸਕਦੀ ਹੈ। ਇਸੇ ਵੇਲੇ 22% ਲੋਕ ਦਾ ਕਹਿਣਾ ਹੈ ਕਿ ਇਹ ਪ੍ਰਵਾਸੀਆਂ ਦੀ ਆਮਦ ਪੂਰੀ ਤਰ੍ਹਾਂ ਰੋਕਣੀ ਚਾਹੀਦੀ ਹੈ। ਦੱਸੀਏ ਕਿ ਕੈਨੇਡਾ ਦੇ ਵਿੱਚ ਘਰਾਂ ਦਾ ਸੰਕਟ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ। ਇਸ ਦੇ ਵਿਚਾਲੇ ਹੁਣ ਵੈਨਕੂਵਰ ਦੇ 54% ਲੋਕਾਂ ਨੇ ਕਿਹਾ ਕਿ ਪ੍ਰਵਾਸੀਆਂ ਦੀ ਆਮਦ ਦੇ ਨਾਲ ਉਹਨਾਂ ਦੇ ਸ਼ਹਿਰ ਨੂੰ ਲਾਭ ਮਿਲਿਆ, ਜਦੋਂ ਕਿ ਟੋਰਾਂਟੋ ਦੇ ਵਿੱਚ ਇਹ ਅੰਕੜਾ 49% ਹੈ। ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਦੇ ਨਾਲ ਸਥਾਨਕ ਸਹੂਲਤਾਂ ਉੱਤੇ ਵੀ ਦਬਾਅ ਪੈ ਰਿਹਾ ਹੈ। ਪ੍ਰਵਾਸੀਆਂ ਦੀ ਤਰਜੀਹਾਂ ਉੱਤੇ ਲੋਕਾਂ ਦੀ ਰਾਏ ਹੈ ਕਿ ਸਰਵੇਖਣ ਦੌਰਾਨ ਜਦੋਂ ਇਹ ਪੁੱਛਿਆ ਗਿਆ ਕਿ ਕਿਹੜੀ ਪ੍ਰਵਾਸੀ ਸਮੂਹ ਨੂੰ ਤਰਜੀਹ ਮਿਲਣੀ ਚਾਹੀਦੀ ਹੈ, ਤਾਂ 49% ਲੋਕਾਂ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਪਹਿਲਾ ਸਥਾਨ ਦਿੱਤਾ ਹੈ। ਦੂਜੇ ਨੰਬਰ ਉੱਤੇ ਰਿਫਿਊਜ਼ੀਆਂ ਅਤੇ ਤੀਜੇ ਸਥਾਨ ਉੱਤੇ ਟੈਂਪਰੇਰੀ ਫੋਰਨ ਵਰਕਰਸ ਨੂੰ ਰੱਖਿਆ ਗਿਆ ਹੈ। ਸਪੌਂਸਰਡ ਫੈਮਿਲੀ ਮੈਂਬਰਸ ਨੇ 45% ਲੋਕਾਂ ਦੀ ਹਮਾਇਤ ਦੇ ਨਾਲ ਚੌਥਾ ਸਥਾਨ ਹਾਸਲ ਕੀਤਾ ਹੈ, ਜਦਕਿ ਆਰਥਿਕ ਪ੍ਰਵਾਸੀ 5ਵੇਂ ਸਥਾਨ ਉੱਤੇ ਰਹੇ ਨੇ। ਇਸ ਦੇ ਬਾਵਜੂਦ ਕੁਝ ਲੋਕ ਅਜਿਹੇ ਵੀ ਸਨ ਜੋ ਸਪੌਂਸਰਡ ਫੈਮਿਲੀਜ਼ ਨੂੰ ਪਹਿਲੀ ਤਰਜੀਹ ਦੇਣਾ ਚਾਹੁੰਦੇ ਸਨ, ਪਰ ਆਰਥਿਕ ਪ੍ਰਵਾਸੀ ਅਤੇ ਵਿਦਿਆਰਥੀਆਂ ਨੂੰ ਦੂਜੇ ਸਥਾਨ ਉੱਤੇ ਰੱਖਿਆ ਗਿਆ, ਤਾਂ 10% ਲੋਕਾਂ ਨੇ ਕਿਹਾ ਕਿ ਕੈਨੇਡਾ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਦੱਸੀ ਕਿ ਰਿਫਿਊਜ਼ਿਸ ਅਤੇ ਟੈਂਪਰੇਰੀ ਫੋਰਨ ਵਰਕਰਸ ਦੇ ਵਿਰੋਧ ਵੀ ਕੀਤੇ ਜਾ ਰਹੇ ਨੇ, ਪਰ ਸਰਵੇਖਣ ਦੌਰਾਨ ਕੁਝ ਲੋਕਾਂ ਨੇ ਰਿਫਿਊਜ਼ਿਸ ਅਤੇ ਟੈਂਪਰੇਰੀ ਫੋਰਨ ਵਰਕਰਸ ਦੀਆਂ ਪਾਲਿਸੀਆਂ ਉੱਤੇ ਵਿਰੋਧ ਦਰਸਾਇਆ ਤੇ 22% ਲੋਕਾਂ ਨੇ ਕਿਹਾ ਕਿ ਰਿਫਿਊਜ਼ੀਆਂ ਦੀ ਆਮਦ ਰੋਕਣੀ ਚਾਹੀਦੀ ਹੈ, ਜਦਕਿ 28% ਟੈਂਪਰੇਰੀ ਫੋਰਨ ਵਰਕਰਸ ਦੇ ਵਿਰੋਧ ਵਿੱਚ ਆਪਣੀ ਰਾਏ ਦਿੱਤੀ ਹੈ। ਦੂਜੇ ਪਾਸੇ ਕੌਮਾਂਤਰੀ ਵਿਦਿਆਰਥੀਆਂ ਨੂੰ ਵਿਰੋਧ ਸੰਬੰਧੀ ਸਭ ਤੋਂ ਘੱਟ ਅੰਕੜਾ ਮਿਲਿਆ। ਇਹ ਦਰਸਾਉਂਦਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਵੱਖ ਵੱਖ ਸਮੂਹਾਂ ਦੇ ਲਈ ਵੱਖ ਵੱਖ ਤਰਜੀਹਾਂ ਵੀ ਨੇ। ਇੱਥੇ ਦੱਸਣਾ ਬਣਦਾ ਹੈ ਕਿ ਨਵੰਬਰ ਤੋਂ ਸਟੱਡੀ ਵੀਜ਼ਾ ਦੇ ਲਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ, ਜਦਕਿ 26 ਸਤੰਬਰ ਤੋਂ ਟੈਂਪਰੇਰੀ ਫੋਰਨ ਵਰਕਰਸ ਦੇ ਲਈ ਨਵੇਂ ਨਿਯਮ ਲਾਗੂ ਹੋ ਚੁੱਕੇ ਨੇ, ਜਿਨ੍ਹਾਂ ਅਨੁਸਾਰ ਇੱਕ ਕਾਰੋਬਾਰੀ 10% ਤੋਂ ਵੱਧ ਟੈਂਪਰੇਰੀ ਵਰਕਰਸ ਨਹੀਂ ਰੱਖ ਸਕਦਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।